ये भी इन्ना कुछ करन तो बाद भी कुछ नहीं मिल रहा। नहीं हुंदा ही हुंदा, बहुत बार टुटता बंदा, एक बार नहीं बथेरी बार, बहुत बार टुटिया मैं, बहुत रोया मैं जो मशीन मेरे हाथ च फड़ी हुंदी सी ना, मतलब इन्ना औखा लगता है, हाथ च दर्द भी होने लग जाता है, तो फिर भी मैं कहा हुण करना ही है तो कर ही है, मेरे को है ही नहीं कोई चारा यार, मजबूरी है अपने कोई कोई चारा है ही नहीं गा, फिर यही करना, तो करके फिर लगे ही रहे। मतलब जे बंद ने इन्ना हम स्ट्रगल ही देख लिया तो उन्होंने पता ही होंगे भी यार आप कि कुछ देख के आए हैं, तो फिर आप बाली वो नहीं ना हवा भी नहीं कर सकते क्योंकि आँदी ही नहीं हवा, तो एकदम तो अपन चीज़ मिली नहीं, बहुत घीसियाँ करके मिली है। ਉਮਰ ਦੀ ਉਮਰ ਸੀਗੀ ਉਸ ਉਮਰ ਦੇ ਵਿੱਚ ਤੁਸੀਂ ਦਿਹਾੜੀ ਲਈਆਂ ਨੇ ਅਤੇ ਬਾਹਰ ਗਏ ਹੋ, ਇੰਨਾ ਸਟਰਗਲ ਕੀਤਾ ਆ, ਦੁੱਖ ਹੁੰਦਾ ਆ ਜੇ ਅੱਜ ਦੇ ਟਾਈਮ ਨੂੰ ਦੇਖਿਆ? ਮੈਂ ਦੁੱਖ ਨਹੀਂ, ਹੁਣ ਆਪਾਂ ਜਿਸ ਹਿਸਾਬ ਨਾਲ ਦੇਖਦੇ ਹਾਂ ਪੰਜਾਬ 'ਚ ਹਾਲਾਤ ਕਿੱਦਾਂ ਦੇ ਹੈ ਨਾ ਜੀ, ਅਤੇ ਸ਼ਾਇਦ ਕੀ ਪਤਾ ਨਸ਼ਿਆਂ ਪੱਤਿਆਂ 'ਚ ਵੜ ਜਾਂਦੇ, ਚਲੋ ਵਧੀਆ ਜਿਹਾ ਸਟਰਗਲ ਤਾਂ ਹੋਣਾ ਚਾਹੀਦਾ ਹਰੇਕ ਨੂੰ, ਕਿਉਂਕਿ ਜਿਹੜਾ ਬੰਦਾ ਬਾਹਰ ਚੱਲ ਜਾਂਦਾ ਮੈਨੂੰ ਨਹੀਂ ਲੱਗਦਾ ਉਹ ਇੱਥੇ ਆ ਕੇ ਕੰਮ ਕਰਨਾ ਪਸੰਦ ਕਰਦਾ ਆ। ਨਹੀਂ ਮੈਮ ਇੱਦਾਂ ਦੀ ਗੱਲ ਨਹੀਂ ਕਿ ਬਾਹਰ ਤਾਂ ਸਟਰਗਲ ਬਹੁਤ ਆ, ਸਾਰਿਆਂ ਨੂੰ ਪਤਾ ਹੀ ਹੈ ਨਾ, ਅਤੇ ਆਪਾਂ ਫੋਟੋਆਂ ਵਗੈਰਾ 'ਚ ਹੀ ਦੇਖ ਲੈਂਦੇ ਹਾਂ ਵੀ ਉੱਥੇ ਖੜ੍ਹ ਕੇ ਫੋਟੋ ਪਾਤੀ, ਲੇਕ 'ਤੇ ਖੜ੍ਹ ਕੇ ਫੋਟੋ ਪਾਤੀ, ਅਤੇ ਜਿਨ੍ਹਾਂ ਦਾ ਆਪਣਾ ਹੁਣ ਘਰ ਬਹੁਤ ਪ੍ਰੋਬਲਮ 'ਚ ਹੁੰਦਾ ਬੰਦਾ, ਉਹ ਤਾਂ ਉੱਥੇ ਕੰਮ ਕਰਦਾ, ਉਹ ਇੰਨਾ ਧਿਆਨ ਨਹੀਂ ਦਿੰਦਾ, ਤੁਹਾਨੂੰ ਪਤਾ ਹੀ ਹੈ। ਤੁਸੀਂ ਸਿੱਖਿਆ ਆ ਜਾਂ ਫਿਰ ਰੱਬ ਵੱਲੋਂ ਤੁਹਾਨੂੰ ਗੋਡ ਗਿਫਟ ਜਿਵੇਂ ਆਪਾਂ ਕਹਿ ਸਕਦੇ ਹੋ? ਨਹੀਂ ਮੈਮ ਸਿੱਖਿਆ ਨਹੀਂ ਗਾ, ਹੁਣ ਆਪਾਂ ਨੂੰ ਇਕੱਲਾ ਮੈਨੂੰ ਤਾਂ ਡਰਾਇੰਗ ਦੀ ਨੌਲੇਜ ਸੀਗੀ ਜੀ, ਜੋ ਵੀ ਸੀਗੀ ਮਸ਼ੀਨ ਵਗੈਰਾ ਬਾਰੇ ਹੈ ਨਹੀਂ ਸੀਗੀ, ਉਹ ਆਪਾਂ ਯੂਟਿਊਬ 'ਤੇ ਵੀਡੀਓ ਦੇਖੀਆਂ ਕਿੱਥੋਂ ਮੰਗਾਉਣੀਆਂ, ਦਿੱਲੀ ਅੰਪਾਇਰ ਵਾਲਿਆਂ ਤੋਂ ਮੈਂ ਕਿੱਟ ਮੰਗਾ ਲਈ ਉਹਨਾਂ ਤੋਂ ਲੋਨ ਚੱਕ ਕੇ 7,000 ਦੀ, ਅਤੇ ਉਹ ਫਿਰ ਮੈਂ ਸਕਿਨ ਪੈਡ ਸੀਗੇ ਨਾਲ ਉਹਦੇ ਕਿੱਟ ਦੇ ਵਿੱਚ ਸਾਰਾ ਕੁਛ ਹੀ ਹੁੰਦਾ, ਉਹ 'ਤੇ ਟਰਾਈ ਕੀਤਾ ਆਪਾਂ ਬਨਾਨਾ ਚੱਕ ਲੈਣਾ ਉਹਦੇ 'ਤੇ, ਅੱਜ ਪੰਗੇ ਲੈਂਦੇ 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 ਜੀ ਬਸ, ਤਾਂ ਹੀ ਤਾਂ ਮੈਨੂੰ 4-5 ਸਾਲ ਲੱਗ ਗਏ ਸਾਰੇ ਕੰਮ ਕਰ ਕਰਾ ਕੇ, ਜਦੋਂ ਮੈਂ ਦੇਖਿਆ ਵੀ ਆਪਦਾ ਕੰਮ ਤਾਂ ਕੋਈ ਨਹੀਂ ਹੱਥ 'ਚ, ਮੈਨੂੰ ਵਧੀਆ ਚੰਗਾ ਲੱਗ ਹੀ ਨਹੀਂ ਰਿਹਾ ਕੋਈ ਕੰਮ, ਅਤੇ ਜਦੋਂ ਮੈਂ ਇਹ ਕੰਮ 'ਚ ਪਿਆ ਅਤੇ ਡਰਾਇੰਗ ਮੈਂ ਸ਼ੌਂਕ ਨਾਲ ਬਣਾਉਂਦਾ ਸੀ, ਕੋਈ ਕਹਿ ਜਾਂਦਾ ਸੀ ਕੋਈ ਫਰੈਂਡ ਕਹਿੰਦਾ ਸੀ ਆਹ ਬਣਾ ਦੇ ਮੇਰੀ ਫੋਟੋ, ਉਹ ਬਣਾ ਦੇ, ਇਹ ਮੇਰਾ ਸ਼ੌਂਕ ਸੀਗਾ, ਅਤੇ ਫਿਰ ਮੈਂ ਸੋਚਿਆ ਵੀ ਮੈਂ ਆਪ ਯਾਰ ਸਵੀਗੀ 'ਚ ਮੈਂ ਉੱਧਰ ਦਿਹਾੜੀਆਂ ਲਾਉਣ ਜਾਂਦਾ ਨਾ 400-500 ਰੁਪਏ 'ਚ, ਅਤੇ ਆਪਾਂ ਇਹਨੂੰ ਹੀ ਕੰਮ 'ਚ ਬਦਲ ਦਈਏ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨ ਅਤੇ ਮੈਂ ਹਾਂ ਨੇਹਾ ਮਲਿਕ। ਕਹਿੰਦੇ ਨੇ ਕਿਸਮਤ 'ਤੇ ਨਹੀਂ ਮਿਹਨਤ 'ਤੇ ਵਿਸ਼ਵਾਸ ਰੱਖ, ਲੋਕਾਂ ਤੋਂ ਨਹੀਂ ਰੱਬ ਤੋਂ ਆਸ ਰੱਖ। ਕਿਤੇ ਨਾ ਕਿਤੇ ਇਹ ਗੱਲ ਅੱਜ ਸੱਚ ਹੁੰਦੀ ਹੋਈ ਦਿਖਾਈ ਦੇ ਰਹੀ ਹੈ, ਕਿਉਂਕਿ ਅੱਜ ਸਾਡੇ ਨਾਲ ਇੱਕ ਇੱਦਾਂ ਦਾ ਸ਼ਖਸ ਮੌਜੂਦ ਹੈ ਜਿਹਨੇ ਕਿ ਦਿਹਾੜੀ ਵੀ ਲਾਈ ਹੈ, ਸਵਿਗੀ 'ਤੇ ਵੀ ਕੰਮ ਕੀਤਾ ਅਤੇ ਬਾਹਰ ਵੀ ਜਾ ਕੇ ਆਇਆ, ਪਰ ਕਿਤੇ ਨਹੀਂ ਉਹਨੂੰ ਆਪਣਾ ਕੰਮ ਜਿਹੜਾ ਹੈ ਹੁਨਰ ਮਿਲਿਆ। ਅਤੇ ਅੱਜ ਸਾਡੇ ਨਾਲ ਦੀਪ ਟੈਟੂ, ਜਿਹੜਾ ਬਹੁਤ ਜ਼ਿਆਦਾ ਫੇਮਸ ਵੀ ਕਹਿ ਸਕਦੇ ਆਪਾਂ, ਅਤੇ ਲਾਈਫ ਦੇ ਵਿੱਚ ਇੰਨੀ ਜ਼ਿਆਦਾ ਸਟਰਗਲ ਕੀਤੀ ਹੈ ਕਿ ਅੱਜ ਸਾਡੇ ਨਾਲ ਮੌਜੂਦ ਨੇ, ਅਤੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਅਤੇ ਪੁੱਛ ਲੈਂਦੇ ਹਾਂ ਕਿ ਉਹਨਾਂ ਦੀ ਜਰਨੀ ਕਿੱਦਾਂ ਦੀ ਰਹੀ ਅਤੇ ਲਾਈਫ ਦੇ ਵਿੱਚ ਇੰਨਾ ਸਟਰਗਲ ਕੀਤਾ ਆ, ਅਤੇ ਕਿੱਦਾਂ ਕੀ ਚੀਜ਼ਾਂ ਉਹਨਾਂ ਨੂੰ ਫੇਸ ਕਰਨੀਆਂ ਪਈਆਂ। ਸਾਡੇ ਨਾਲ ਦੀਪ ਆਰਟਿਸਟ ਮੌਜੂਦ ਨੇ ਜੋ ਕਿ ਟੈਟੂ ਆਰਟਿਸਟ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਅਤੇ ਪੁੱਛ ਲੈਂਦੇ ਹਾਂ ਕਿ ਉਹਨਾਂ ਦੀ ਜਰਨੀ ਕਿੱਦਾਂ ਦੀ ਰਹੀ। ਸਰ ਸਤਿ ਸ਼੍ਰੀ ਅਕਾਲ, ਮੈਂ ਬਹੁਤ ਵਧੀਆ। ਸਰ ਤੁਸੀਂ ਬਾਹਰ ਗਏ ਹੋ ਅਤੇ ਜਿਸ ਉਮਰ ਦੇ ਵਿੱਚ ਸਾਰਿਆਂ ਦਾ ਸੁਪਨਾ ਹੁੰਦਾ ਆ, 11-12 ਤੁਸੀਂ 11ਵੀਂ ਪਾਸ ਕੀਤੀ ਹੈ, ਵੀ ਹਾਂ ਹਰ ਕਿਸੇ ਦਾ ਸੁਪਨਾ ਹੁੰਦਾ ਮੈਂ ਬਾਹਰ ਨਹੀਂ ਜਾਣਾ, ਵੀ ਮੈਂ ਆਪਣੀ ਲਾਈਫ ਇੰਜੋਏ ਕਰਨੀ ਹੈ, ਉਸ ਟਾਈਮ ਤੁਸੀਂ ਆਪਣੀ ਲਾਈਫ ਦੇ ਵਿੱਚ ਇੰਨਾ ਜ਼ਿਆਦਾ ਸਟਰਗਲ ਕੀਤਾ, ਕੀ ਕਹਿਣਾ ਚਾਹੋ? ਮੈਮ ਇੱਦਾਂ ਨਾ, ਮੈਂ ਹੁਣ ਘਰ 'ਚੋਂ ਇੱਕ ਵੱਡਾ ਵਾਂ ਨਾ ਜੀ, ਅਤੇ ਇਹਦੇ ਕਰਕੇ ਫਿਰ ਘਰ ਦਾ ਹੁਣ ਜੇ ਛੋਟੇ ਭਰਾ ਉਹਨਾਂ ਨੂੰ ਆਪਾਂ ਆਪ ਹੀ ਦੇਖ, ਮੈਨੂੰ ਹੀ ਦੇਖਣਾ ਪੈਣਾ ਸਾਰਾ ਕੁਛ ਘਰ ਦਾ, ਇਸ ਕਰਕੇ ਘਰ 'ਚ ਥੋੜ੍ਹਾ ਜਿਹਾ ਫਾਈਨੈਂਸ਼ੀਅਲ ਪ੍ਰੋਬਲਮ ਕਰਕੇ ਘਰਦਿਆਂ ਨੇ ਮੈਨੂੰ ਕਰਜ਼ਾ ਕੁਰਜ਼ਾ ਚੱਕ ਕੇ ਬਾਹਰ ਭੇਜਤਾ, ਅਤੇ ਚਲੋ ਉਦੋਂ ਮੈਂ 19 ਸਾਲ ਦਾ ਸੀਗਾ, ਮੈਨੂੰ ਲੱਗਦੀ 19-19 ਸਾਲ ਦਾ, 2013 'ਚ 13 ਜੁਲਾਈ 'ਚ ਗਿਆ ਸੀਗਾ ਮੈਂ, ਅਤੇ ਬਾਹਰ ਭੇਜਤਾ, ਅਤੇ ਹੁਣ ਉਹ ਫਿਰ ਸਾਰਾ ਘਰ ਦਾ ਕੰਮ ਸਾਰਾ ਮੇਰੇ ਹੱਥ ਹੀ ਸੀਗਾ, ਇਸ ਕਰਕੇ ਰਿਸਪੋਂਸੀਬਿਲਟੀਜ਼ ਜ਼ਿਆਦਾ ਸੀਗੀਆਂ ਤਾਂ ਕਰਕੇ ਬਾਹਰ ਗਏ ਸੀ, ਜਾਂ ਸੁਪਨਾ ਸੀ ਬਾਹਰ ਜਾਣਾ? ਨਹੀਂ ਸੁਪਨਾ ਵੀ ਇੱਕ ਮਤਲਬ ਹੁੰਦਾ ਵੀ ਹੈ ਵੀ ਸੁਪਨਾ, ਉਹ ਤਾਂ ਬਾਕੀ ਉਮਰ ਹੀ ਬਹੁਤ ਮੇਰੀ ਘੱਟ ਸੀ, ਸੁਪਨੇ ਦੀ ਤਾਂ ਬਾਅਦ ਹੀ ਹੁੰਦਾ ਅੰਦਰ, ਵੈਸੇ ਬਾਹਰ ਜਾਣਾ ਬਾਹਰ ਜਾਣਾ, ਅਤੇ ਘਰ ਦਾ ਫਿਰ ਪ੍ਰੋਬਲਮ ਕਰਕੇ ਬਾਹਰ ਭੇਜਤਾ, ਅਤੇ ਅੱਗੇ ਤੁਸੀਂ ਸੋ ਭਾਅ ਜੀ ਤੁਸੀਂ ਬਾਹਰ ਗਏ ਹੋ, ਤੁਸੀਂ ਆਪਣੇ ਬਾਹਰ ਦੀ ਜਰਨੀ ਜਿਹੜੀ ਤੁਹਾਡੀ ਲਾਈਫ ਉੱਧਰ ਲਈ ਸੀਗੀ, ਥੋੜ੍ਹਾ ਸਾਡੇ ਦਰਸ਼ਕਾਂ ਨੂੰ ਦੱਸੋਗੇ ਵੀ ਕਿੱਦਾਂ ਦੀ ਸੀਗੀ, ਅਤੇ ਤੁਸੀਂ ਵਾਪਸ ਆ ਕੇ ਆਪਣਾ ਹੀ ਕੰਮ ਕਿਉਂ ਸਟਾਰਟ ਕੀਤਾ? ਕਿਉਂਕਿ ਜਿਹੜਾ ਬੰਦਾ ਬਾਹਰ ਚੱਲ ਜਾਂਦਾ ਮੈਨੂੰ ਨਹੀਂ ਲੱਗਦਾ ਉਹ ਇੱਥੇ ਆ ਕੇ ਕੰਮ ਕਰਨਾ ਪਸੰਦ ਕਰਦਾ ਆ। ਨਹੀਂ ਮੈਮ ਇੱਦਾਂ ਦੀ ਗੱਲ ਨਹੀਂ ਕਿ ਬਾਹਰ ਤਾਂ ਸਟਰਗਲ ਬਹੁਤ ਆ, ਸਾਰਿਆਂ ਨੂੰ ਪਤਾ ਹੀ ਹੈ ਨਾ, ਅਤੇ ਆਪਾਂ ਫੋਟੋਆਂ ਵਗੈਰਾ 'ਚ ਹੀ ਦੇਖ ਲੈਂਦੇ ਹਾਂ ਵੀ ਉੱਥੇ ਖੜ੍ਹ ਕੇ ਫੋਟੋ ਪਾਤੀ, ਲੇਕ 'ਤੇ ਖੜ੍ਹ ਕੇ ਫੋਟੋ ਪਾਤੀ,
ਅਤੇ ਜਿਨ੍ਹਾਂ ਦਾ ਆਪਣਾ ਹੁਣ ਘਰ ਬਹੁਤ ਪ੍ਰੋਬਲਮ 'ਚ ਹੁੰਦਾ ਬੰਦਾ, ਉਹ ਤਾਂ ਉੱਥੇ ਕੰਮ ਕਰਦਾ, ਉਹ ਇੰਨਾ ਧਿਆਨ ਨਹੀਂ ਦਿੰਦਾ, ਤੁਹਾਨੂੰ ਪਤਾ ਹੀ ਹੈ। ਅਤੇ ਇਸ ਕਰਕੇ ਹੁਣ 3-4 ਸਾਲ ਮੈਂ ਬਾਹਰ ਲਾਏ, ਫਿਰ ਚਲੋ ਦੇਖਿਆ ਅਤੇ ਵੀ ਹੁਣ ਮੇਰੀ ਬੱਸ ਹੋ ਗਈ, ਬਾਹਲਾ ਸਟਰਗਲ ਦੇਖ ਲਿਆ ਇੱਥੇ। ਅਤੇ ਮਤਲਬ ਇੱਦੋਂ ਮੈਂ ਆਪਣਾ ਡਰੈਂਕ ਵਗੈਰਾ ਇੱਧਰ ਸੀਗਾ, ਪਰ ਮੈਨੂੰ ਮੇਰੇ ਜਹਿ 'ਚ ਆ ਗਿਆ ਵੀ ਹੁਣ ਆਪਾਂ ਜਾ ਕੇ ਆਪਦਾ ਟੈਟੂਆਂ ਦਾ ਕੰਮ ਕਰ ਸਕਦੇ ਹਾਂ, ਕੋਈ ਵੀ ਆਪਦਾ ਕੰਮ ਕਰ ਸਕਦੇ ਹਾਂ ਜਾ ਕੇ, ਵੀ ਇੱਥੇ ਫਿਰ ਕਾਹਤੋਂ ਮਾਰਨਾ 24-24 ਘੰਟੇ। ਅਤੇ ਉਦੋਂ ਫਿਰ ਮੈਂ ਇਹ ਆ ਗਿਆ ਬਾਹਰੋਂ। ਕਿਹੜੀ ਕੰਟਰੀ ਤੁਸੀਂ ਗਏ ਸੀ? ਨਹੀਂ, ਮਲੇਸ਼ੀਆ ਗਏ। ਮਲੇਸ਼ੀਆ, ਹਾਂਜੀ। ਅਤੇ ਮਲੇਸ਼ੀਆ ਦਾ ਜਿਹੜਾ ਸਫ਼ਰ ਆ ਤੁਹਾਨੂੰ ਜਮ੍ਹਾਂ ਨਹੀਂ ਵਧਿਆ ਲੱਗਿਆ, ਕਿਉਂਕਿ ਸਟਰਗਲ ਜ਼ਿਆਦਾ ਸੀਗਾ? ਹਾਂਜੀ, ਸਟਰਗਲ ਤਾਂ ਹੈਗਾ ਜੀ, ਪਰ ਇੱਦਾਂ ਫਿਰ ਘਰਦਿਆਂ ਤੋਂ ਦੂਰ ਰਹਿਣਾ, ਸਟਰਗਲ ਤਾਂ ਇੱਥੇ ਵੀ ਕਰ ਸਕਦਾ ਬੰਦਾ, ਘਰਦਿਆਂ ਤੋਂ ਦੂਰ ਰਹਿ ਕੇ ਸਟਰਗਲ ਕਰਨਾ ਉਹ। ਕਾਰਨ ਕੀ ਹੋਇਆ ਵਾਪਸ ਆਉਣ ਦਾ? ਕਾਰਨ ਮੈਮ ਇੱਦਾਂ, ਫਿਰ ਜਦੋਂ ਤੁਹਾਨੂੰ ਦੱਸਿਆ ਤਾਂ ਹੈ ਵੀ ਮੈਨੂੰ ਜਦੋਂ ਆਪਣੇ ਜਹਿ 'ਚ ਆ ਗਿਆ ਵੀ ਹੁਣ ਮੈਂ ਆਪਦਾ ਟੈਟੂ ਆਰਟਿਸਟ ਬਣ ਸਕਦਾ ਜੀ, ਕੁਛ ਵੀ ਡਰਾਇੰਗ ਆਪਦਾ ਕੰਮ ਕਰ ਸਕਦੇ ਹਾਂ ਜਾ ਕੇ, ਅਤੇ ਉਦੋਂ ਫਿਰ ਮੈਂ ਆਪਦਾ ਮਨ ਬਣਾ ਲਿਆ ਵੀ ਵਾਪਸ ਜਾਣਾ, ਵੀ ਇੱਕ ਵਾਰ ਟਰਾਈ ਕਰੀ। ਪਹਿਲਾਂ ਮੈਨੂੰ ਦੱਸਿਆ ਵੀ ਮੈਂ ਡਰਾਇੰਗ ਕਰਦਾ ਸੀਗਾ, ਇੱਕ ਕਾਗਜ਼ ਦੇ ਉੱਤੇ ਕਲਮ ਚਲਾਉਣਾ ਅਤੇ ਇੱਕ ਬਾਂਹ ਦੇ ਉੱਤੇ ਮਸ਼ੀਨ ਚਲਾਉਣੀ, ਕਿੰਨਾ ਕੁ ਔਖਾ ਲੱਗਦਾ ਸੀ? ਔਖਾ ਮੈਮ ਇੱਦਾਂ ਔਖੇ ਦੀ ਗੱਲ ਨਹੀਂ, ਜਦੋਂ ਆਪਣੇ ਹੈ ਨਾ ਸਿਰ 'ਤੇ ਪੈ ਹੀ ਗਈ, ਮਜ਼ਬੂਰੀਆਂ ਪੈ ਗਈਆਂ, ਇੱਥੇ ਆ ਕੇ ਵੀ ਹੁਣ ਮੈਂ ਸਵੀਗੀ 'ਚ ਲੱਗ ਗਈ ਫਿਰ ਕੰਮ ਕਰਨ। ਹਾਂਜੀ, ਬਾਹਰ ਜਾਣ ਤੋਂ ਪਹਿਲਾਂ ਮੈਮ ਇੱਥੇ ਮੈਂ ਦਿਹਾੜੀ ਦਿਹੁੜੀ ਲੱਗਿਆ ਹੁੰਦਾ ਸੀਗਾ ਆਪਣੇ ਰਾਜਗੜ੍ਹ 'ਚ ਸਕੂਲ ਬਣਾਉਣ ਦੀ, ਅਤੇ ਫਿਰ ਮੈਂ ਆਪਣਾ ਦਿਹਾੜੀਆਂ ਤੋਂ ਬਾਅਦ ਜਿਹੜਾ ਮੇਰੇ ਨਾਲ ਮੁੰਡਾ ਸੀਗਾ ਉੱਥੇ ਥੋੜ੍ਹੇ ਪ੍ਰੋਬਲਮ ਜੀ ਹੋਣ ਕਰਕੇ ਅਤੇ ਉਹਨਾਂ ਲੜਾਈ ਜੀ ਹੋ ਗਈ ਸੀ ਥੋੜ੍ਹੀ, ਫਿਰ ਅਸੀਂ ਆਪਣਾ ਇੱਥੇ ਲੱਗ ਗਏ ਸੀਗੇ ਆਪਣੇ ਮਹਿੰਦਰਾ ਵਰਕਸ਼ਾਪ 'ਤੇ, ਉੱਥੇ ਅਸੀਂ ਗੱਡੀਆਂ ਗੁੱਡੀਆਂ ਦੀ ਮਤਲਬ ਵਾਸ਼ਿੰਗ 'ਤੇ ਲੱਗ ਗਏ, ਫਿਰ ਉੱਥੋਂ ਫਿਰ ਬਾਅਦ ਆਪਦੀ ਵਰਕਸਟੇਸ਼ਨ ਲੈ ਲਿਆ ਅਸੀਂ, ਅਤੇ ਵਰਕਸ਼ਾਪ ਤੋਂ ਬਾਅਦ ਬਸ ਕਰਦੇ ਕਰਾਉਂਦੇ ਘਰਦਿਆਂ ਨੇ ਬਾਹਰ ਭੇਜਤਾ, ਕਹਿੰਦੇ ਉਰੇ ਹੀ ਕੰਮ ਕਰਦਾ ਕੁਛ ਬਣਦਾ ਨਹੀਂ ਤੇਰਾ, ਅਤੇ ਬਾਹਰ ਭੇਜਤਾ। ਸੁਪਨਾ ਸੀਗਾ ਮਾਂ ਬਾਪ ਦਾ ਬਾਹਰ ਵੇਚਣਾ? ਹਾਂਜੀ, ਘਰਦਿਆਂ ਦਾ ਤਾਂ ਹੁੰਦਾ ਹੀ ਆ, ਆਪਾਂ ਨੂੰ ਹੁਣ ਨਹੀਂ ਜਦੋਂ ਇਹ ਪਤਾ ਥੋੜ੍ਹੀ ਹੁੰਦਾ ਵੀ ਉੱਥੇ ਜਾ ਕੇ ਇੰਨਾ ਕੰਮ ਕਰਨਾ ਗਾ। 3 ਬ੍ਰਦਰ ਹੀ ਅਸੀਂ, ਮੋਮ ਡੈਡ ਬਸ। ਹਾਂਜੀ, ਅਤੇ ਜਿਵੇਂ ਹਰ ਕਿਸੇ ਦਾ ਇੱਕ ਸੁਪਨਾ ਹੁੰਦਾ ਵੀ ਮੈਂ ਆਪਣੇ ਘਰਦਿਆਂ ਨੂੰ ਕਿਤੇ ਬਾਹਰ ਉਹ ਚੀਜ਼ ਦਿਖਾਉਣੀ ਹੈ ਕਿ ਜੋ ਉਹਨਾਂ ਨੇ ਨਹੀਂ ਦੇਖੀ, ਬਾਹਰ ਗਏ ਹੋ, ਇੰਨਾ ਸਟਰਗਲ ਕੀਤਾ ਹੈ, ਉਹ ਚੀਜ਼ ਜਿਹੜੇ ਉਹ ਡਿਜ਼ਰਵ ਕਰਦੇ ਆ, ਤੁਸੀਂ ਟਰਾਈ ਕੀਤੀ ਹੈ ਵੀ ਉਹਨਾਂ ਨੂੰ ਉਹ ਖੁਸ਼ੀ ਮਿਲੇ? ਨਹੀਂ, ਉੱਥੇ ਤਾਂ ਜੀ ਤੁਹਾਨੂੰ ਪਤਾ ਹੀ ਹੁਣ ਇੰਨਾ ਕਿੱਥੇ ਸੋਚਦਾ ਬੰਦਾ, ਕੰਮ ਤੋਂ ਹੀ ਨਹੀਂ ਵਿਹਲ ਮਿਲਦੀ, ਜੇ ਕੰਮ ਕਰਾਂਗੇ ਤਾਂ ਰੋਟੀ ਖਾਵਾਂਗੇ, ਇੰਨਾ ਕੁਛ ਤਾਂ ਹੁੰਦਾ ਹੀ ਨਹੀਂ ਉੱਥੇ ਵੀ ਆਹ ਸੋਚ ਲਈ ਉਹ ਸੋਚ ਲਈ। ਬਹੁਤ ਲੋਕਾਂ ਦਾ ਸੁਪਨਾ ਹੁੰਦਾ ਹੈ ਬਾਹਰ ਜਾਣਾ, ਪਰ ਤੁਸੀਂ ਇੱਕ ਬਾਹਰਲੀ ਕੰਟਰੀ ਛੱਡ ਕੇ ਫਿਰ ਇੰਡੀਆ ਮੁੜ ਕੇ ਆਏ ਹੋ, ਬਹੁਤ ਲੋਕਾਂ ਨੂੰ ਜਿਹੜਾ ਹੈ ਸ਼ੌਕਡ ਹੋ ਗਏ ਹੋਣਗੇ ਵੀ ਲੋਕ ਬਾਹਰ ਜਾਣ ਲਈ ਇੰਨਾ ਜ਼ਿਆਦਾ ਸਟਰਗਲ ਕਰਦੇ ਨੇ, ਇੰਨੇ ਪੈਸੇ ਦਿੰਦੇ ਨੇ, ਪਰ ਤੁਸੀਂ ਬਾਹਰ ਛੱਡ ਕੇ ਕਿੱਥੇ ਆ ਕੇ ਆਪਣਾ ਕੰਮ ਸਟਾਰਟ ਕੀਤਾ ਹੈ, ਕਾਰਨ ਕੀ ਹੈ? ਨਹੀਂ ਮੈਮ, ਕੰਟਰੀ ਦਾ ਹੀ ਫਰਕ ਆ ਨਾ, ਜਿੱਥੇ ਤਾਂ ਆਪਣੀ ਹੁਣ ਆਪਾਂ ਨੂੰ ਪਤਾ ਵੀ ਆ, ਮਲੇਸ਼ੀਆ 'ਚ ਮੈਂ 4 ਸਾਲ ਲਾ ਕੇ ਇੱਦੂ ਬਾਅਦ 'ਚ ਆਉਣਾ ਤਾਂ ਪੰਜਾਬ ਹੀ ਆ, 5 ਸਾਲ ਵਾਲਾ 10 ਸਾਲ ਵਾਲਾ, ਜੇ ਤਾਂ ਆਪਣੀ ਉੱਥੇ ਸੈਟਲਮੈਂਟ ਹੋਵੇ, ਕੋਈ ਵਧੀਆ ਕੰਟਰੀ ਹੋਵੇ, ਫਿਰ ਤਾਂ ਆਪਾਂ ਮੰਨ ਸਕਦੇ ਹਾਂ। ਥੋੜ੍ਹੀ ਇੱਦਾਂ ਹੀ ਪ੍ਰੋਬਲਮ ਕਰਕੇ ਇੱਧਰ ਆਉਣਾ ਪੈ ਗਿਆ ਮੈਨੂੰ, ਆਪਦਾ ਕੰਮ ਹੀ ਸਟਾਰਟ ਕਰ ਲਿਆ, ਫਿਰ ਮੈਂ ਪਿੱਛੇ ਮੁੜ ਕੇ ਦੇਖਿਆ ਹੀ ਨਹੀਂ ਇੱਦਾਂ। ਜਿਹੜੇ ਆਪਣਾ ਕੰਮ ਕਹਿੰਦੇ ਆਪਣਾ ਹੀ ਕੰਮ ਹੁੰਦਾ, ਆਪਣੇ ਕਿ ਦਿਲ ਦੇ ਆਪ ਰਾਜੇ ਹੋ, ਕਿੱਦਾਂ ਦਾ ਲੱਗਦਾ ਹੈ? ਨਹੀਂ ਮੈਂ ਵਧੀਆ ਲੱਗਦਾ, ਪਰ ਮਤਲਬ ਜੇ ਬੰਦੇ ਨੇ ਇੰਨਾ ਹੁਣ ਸਟਰਗਲ ਹੀ ਦੇਖ ਲਿਆ ਤਾਂ ਉਹਨੂੰ ਹੁਣ ਪਤਾ ਹੀ ਹੁੰਦਾ ਵੀ ਯਾਰ ਆਪਾਂ ਕਿੰਨਾ ਕੁਛ ਦੇਖ ਕੇ ਆਏ ਹਾਂ, ਅਤੇ ਉਹ ਫਿਰ ਆਪਾਂ ਬਾਹਲੀ ਉਹ ਨਹੀਂ ਨਾ, ਹਵਾ ਵੀ ਨਹੀਂ ਕਰ ਸਕਦੇ, ਕਿਉਂਕਿ ਆਉਂਦੀ ਹੀ ਨਹੀਂ ਹਵਾ, ਤਾਂ ਇੱਕਦਮ ਤਾਂ ਆਪਾਂ ਚੀਜ਼ ਮਿਲੀ ਨਹੀਂ, ਇਹ ਬਹੁਤ ਕੀਸੀਆਂ ਕਰਕੇ ਮਿਲੀ ਹੈ, ਇਹ ਚੱਕਰ। ਇੱਕ ਟੈਟੂ ਆਰਟਿਸਟ ਹੋ, ਲੇਕਿਨ ਮੈਂ ਤੁਹਾਨੂੰ ਦੇਖ ਸਕਦੀ ਹਾਂ ਤੁਹਾਡੇ ਬੋਡੀ 'ਤੇ ਕਿਤੇ ਵੀ ਟੈਟੂ ਨਹੀਂ ਬਣੇ ਹੋਏ, ਕੀ ਗੱਲ ਹੈ? ਪਸੰਦ ਨਹੀਂ ਹੈ ਕਿ ਕੋਈ ਹੋਰ ਹੀ ਕਾਰਨ? ਨਹੀਂ, ਪਸੰਦ ਦੀ ਗੱਲ ਨਹੀਂ ਮੈਮ, ਮਤਲਬ ਟਾਈਮ ਨਹੀਂ ਇੱਦਾਂ ਮਿਲਦਾ, ਥੋੜ੍ਹਾ ਜਿਹਾ ਘਰ ਦੀਆਂ ਪ੍ਰੋਬਲਮਾਂ ਕਰਕੇ, ਕਿਉਂਕਿ ਹੁਣ ਮੈਂ ਘਰ 'ਚ ਸਟੂਡੀਓ ਆ, ਘਰ ਦਾ ਵੀ ਸਾਰਾ ਦੇਖਣਾ ਪੈਂਦਾ, ਅਤੇ ਆਪਦੇ ਸ਼ੌਂਕ ਪੂਰਨ ਲਈ ਹਜੇ ਮਤਲਬ ਟਾਈਮ ਹੀ ਮੇਰੇ ਕੋਲ, ਕੱਢਾਂਗੇ। ਕਿਤੇ ਪਛਤਾਵਾ ਹੁੰਦਾ ਹੈ ਕਿ ਜਿਸ ਉਮਰ ਦੇ ਵਿੱਚ ਤੁਹਾਨੂੰ ਖੇਡਣ ਦੀ ਉਮਰ ਸੀਗੀ, ਘੁੰਮਣ ਦੀ ਉਮਰ ਸੀਗੀ, ਉਸ ਉਮਰ ਦੇ ਵਿੱਚ ਤੁਸੀਂ ਦਿਹਾੜੀ ਲਾਈਆਂ ਨੇ ਅਤੇ ਬਾਹਰ ਗਏ ਹੋ, ਇੰਨਾ ਸਟਰਗਲ ਕੀਤਾ ਆ, ਦੁੱਖ ਹੁੰਦਾ ਆ ਜੇ ਅੱਜ ਦੇ ਟਾਈਮ ਨੂੰ ਦੇਖਿਆ? ਨਹੀਂ ਮੈਮ, ਦੁੱਖ ਨਹੀਂ, ਹੁਣ ਆਪਾਂ ਜਿਸ ਹਿਸਾਬ ਨਾਲ ਦੇਖਦੇ ਹਾਂ ਪੰਜਾਬ 'ਚ ਹਾਲਾਤ ਕਿੱਦਾਂ ਦੇ ਆ ਨਾ ਜੀ, ਅਤੇ ਸ਼ਾਇਦ ਕੀ ਪਤਾ ਨਸ਼ਿਆਂ ਪੱਤਿਆਂ 'ਚ ਵੜ ਜਾਂਦੇ, ਚਲੋ ਵਧੀਆ ਜਿਹਾ ਸਟਰਗਲ ਤਾਂ ਹੋਣਾ ਚਾਹੀਦਾ ਹਰੇਕ ਨੂੰ। ਤੁਹਾਨੂੰ ਲੱਗਦਾ ਵੀ ਜੇ ਤੁਸੀਂ ਬਾਹਰ ਗਏ ਹੋ, ਤੁਸੀਂ ਨਸ਼ੇ ਪੱਤੇ ਤੋਂ ਤਾਂ ਦੂਰ ਹੋ, ਜੇ ਪੰਜਾਬ ਵਿੱਚ ਰਹਿੰਦੇ ਤਾਂ ਤੁਸੀਂ ਨਸ਼ੇ ਪੱਤੇ ਵਿੱਚ ਪੈ ਜਾਣਾ? ਨਹੀਂ ਮੈਮ, ਉਹ ਗੱਲ ਨਹੀਂ ਕਿ ਚਾਹੇ ਬਾਹਰ ਆ ਚਾਹੇ ਜਿੱਥੇ ਪੈਣਾ, ਉਹਨੇ ਬੰਦੇ ਨੇ ਪੈ ਜਾਂਦਾ, ਪਰ ਜਿਹੜੇ ਬੰਦੇ 'ਤੇ ਮਜਬੂਰੀਆਂ ਨੇ ਘਰ ਦੀਆਂ, ਉਹ ਬੰਦਾ ਨਹੀਂ ਕਦੇ ਪੈਂਦਾ, ਕਿਉਂਕਿ ਘਰ ਦਾ ਸਾਰਾ ਦੇਖਣਾ ਹੀ ਮੈਂ ਸੀਗਾ, ਜੇ ਮੈਂ ਹੀ ਇਹ ਕੰਮ 'ਚ ਵੜ ਗਿਆ ਤਾਂ ਫਿਰ ਪਿੱਛੇ ਦਾ ਬੇੜਾ ਕਰਕੇ। ਜ਼ਿੰਮੇਵਾਰੀਆਂ ਬਹੁਤ ਸੀਗੀਆਂ। ਹਾਂਜੀ, ਜ਼ਿੰਮੇਵਾਰੀ ਕਰਕੇ ਬਾਹਲਾ ਧਿਆਨ ਨਹੀਂ ਦਿੱਤਾ। ਕਿਸੇ ਦਾ ਇੱਕ ਨਾ ਇੱਕ ਸੁਪਨਾ ਹੁੰਦਾ ਹੈ, ਤੁਹਾਡਾ ਕੀ ਸੁਪਨਾ ਹੈ ਕਿ ਹਾਂ ਤੁਸੀਂ ਆਪਣੇ ਆਉਣ ਵਾਲੇ ਕੱਲ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਉੱਧਰ ਦੇਖਣਾ ਚਾਹੁੰਦੇ? ਮੈਮ, ਸੁਪਨਾ ਤਾਂ ਹੁਣ ਇਹੀ ਆ ਵੀ ਬਸ ਜਿਹੜਾ ਕੰਮ ਹੁਣ ਰੱਬ ਨੇ ਆਪਣੇ ਹੱਥ 'ਚ ਦੇ ਦਿੱਤਾ ਨਾ, ਅਤੇ ਇਹੀ ਕਰਾਂਗੇ ਅੱਗੇ, ਜਿੱਥੇ ਮਰਜ਼ੀ ਜਾਈਏ, ਚਾਹੇ ਬਾਹਰ ਫੋਰਨ ਕੰਟਰੀ ਵਧੀਆ ਕੰਟਰੀ ਵਿੱਚ ਚਲੇ ਜਾਈਏ ਜਾਂ ਇੱਥੇ ਰਹੀਏ, ਇਹ ਚੀਜ਼ ਅੱਗੇ ਚੱਲਾਂਗੇ ਹੁਣ। ਮਤਲਬ ਇਹ ਜਿਹੜਾ ਤੁਹਾਡਾ ਪ੍ਰੋਫੈਸ਼ਨਲ ਹੈ,
कलाकार नूं कहिंदे ने कि कलाकारी उदों ही दिखदी है जदों कलाकार अपना कला जिहड़ा सारे नूं दिखावे। तो तुहानूं अपनी कला का कदों पता लगे भी तुसीं एक टैटू आर्टिस्ट भी बन सकते हो, क्योंकि पिक्चर्स की गल कर रहे हो या फिर पेंटिंग की गल कर रहे हो, तस्वीर बनानिया अजकल बहुत लोग बनाते हैं, बट तस्वीर के नाल नाल जो तुसीं टैटू बना रहे हो ये कदों पता लगे भी हाँ तुसीं इस लाइन के विच आना है? मैम जदों मतलब सारे काम मेरे मतलब हुण जिहड़े आपां कीते सी दिहाड़ियां वगैरह जो भी है, लक्कड़ दा काम भी सिख्या, अपना जाल बन्नण दा भी काम सिख्या, मैं जेसीबी भी सीखी आई जंडू सिंह अपने जलंधर, तो ट्राला भी सीखा जी मैं, सारे काम कर करा के जदों मैं देखिया भी आपदा काम तो कोई नहीं हाथ च, मैनू वधिया चंगा लग ही नहीं रहा कोई काम, तो जदों मैं ये काम च पिया तो ड्रैंग मैं शौक ना बनाउंदा ही, कोई कह दिंदा ही, कोई फ्रेंड कह दिंदा ही आह बना दे मेरी फोटो वह बना दे, ये मेरा शौक सीगा। तो फिर मैं सोचा भी मैं आप यार स्विगी से मैं उधर दिहाड़ियाँ लाने जाना ना 400-500 रुपए से, तो आप ही काम च बदल दीए, उदो मैं टैटू का तो पहला पता नहीं होंगे भी टैटू भी होंगे किमें बनाई का की है, इन्ना नहीं पता, तो जो फिर मैं देखा भी इनू आप काम च बदल सकते हैं भी टैटू च भी मेन ड्रैंग ही आरैंग आप माड़ा मोटी नॉलेज हैगी, तो उस करके फिर मैं टैटू वाल हो गया। फिर मैं स्विगी जो फिर बैग च पेन पुन होंगे सके जिदी मर्जी बह फट के कदम कुछ लिख देना कहीं गरे लिख देना, बस वो शौक वाधा वाधा इधर हो गया जी। टैटू बनाना तुसी कितने सीखा है? क्योंकि हाथ दे विच मशीन नाल, क्योंकि ये तो अपनी स्किन होंदी है, तो ये हाथ शरीर नाल पंगा लेना एक बहुत वड्डी गल है, तुसी सीखा है या फिर रब वल्लों तुहानूं गॉड गिफ्ट जिवें आपां कह सकदे हो? नहीं मैम सीखा नहीं गया, हुण आपां नूं कला मैनूं तां ड्रैंग दी नॉलेज सीगी जी जो भी सीगी, मशीन वगैरह बारे है नहीं सीगी, वो आपां यूट्यूब ते वीडियो देखे हैं कित्थों मंगाउणियां, दिल्ली एम्पायर वालों तो मैं किट मंगा ली उन्हों तो लोन चक के 7,000 की, तो वह फिर मैं स्किन पैड सी ना किट के सारा कुछ ही हूँ, वह तो ट्राई किया आप बनाना चक लेना वो अज पंगे लेंदे 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 जी, बस ता ही तो मैं 4-5 साल लग गए जी, मैं सीखा हों फिर तो मैं 5-6 महीने से जा साल छेती उपर आ जाते ता करके कितना कितने लगता है भी मेहनत करने वाले की हार नहीं होंगी। नहीं बस ये आई हूँ चली चलो गल खत्म, जो जिंदगी मिली है को ना को जे आह काम हूँ एक आप पता हो भी यार आह वधिया गा ये अपने है बस उधर तुरी जाने स्ट्रगल किया है कितना कितने होप नहीं टूट गई सी नहीं हूँ तो बस हद ही हो गई है भी इन्ना कुछ करन तो बाद भी कुछ नहीं मिल रहा? नहीं हुंदा ही हुंदा बहुत बार टुटता बंदा, एक बार नहीं बथेरी बार बहुत बार टुटिया मैं, बहुत रोया मैं जो मशीन मेरे हाथ च फड़ी होंदी सी ना मतलब इन्ना औखा लगता है हाथ च दर्द भी होने लग जाता है, तो फिर भी मैं कहा हूँ करना ही है तो कर यही है, मेरे को है ही नहीं कोई चारा यार, मजबूरी है अपने कोई कोई चारा है ही नहीं गा, फिर यही करना ता करके फिर लगे ही रहे। की कहना चाहोगे साड़ी ऑडियंस नूं जो थोनू देख रही है थोड़ा स्ट्रगल बारे तुसी गलबात कर रहे हो की कहना चाहोगे? देखो मेहनत तो मैं मेरे हिसाब से सारे ही करते हैं ना, अंदरों अंदर ही कहता अपना दिंदा कहता नहीं दिंदा, अज मैं मूहरे आ गया थोड़े मेरा मैं थोड़ा दसता मेरा पता लग गया, मेहनत सारे ही करते हैं पर ए भी कदे ना कदे बंदे नूं मिलता कुछ ना कुछ जिहड़ा आपां चाहुंदे आ, जिहड़ा नहीं चाहुंदे वह भी मिल जाता, यह चीज़ है। हाँ जी हाँ जी ज़्यादा ही मिलता जब आप सोच भी नहीं सकते वो चीज़ मिल सकती है बंदे मिल गया जो चाहते सी या नहीं चाहते वो थोड़ा मिल गया। नहीं बंदा है जी अपने अंदर होना देखो जी अपन चीज़ अंदर हैगी वो अपनी चीज़ बाहर आ गई भी मतलब ये चीज़ तो मैं अकदा नहीं, मेन चीज़ तो यही है जरूरी नहीं कि पैसा ही चाहिए वो चाहिए जो अपन मतलब अंदरों खुशी होंगी वो चीज़ करो चाहे कोई भी चीज़ है छोटे तो छोटा काम बड़े तो बड़ा काम है। हाँ जी तो जिमें कि असी भाजी नाल गलबात कराई है इन्हों का कहना है स्ट्रगल बहुत ज़्यादा किया है तो मेहनत भी बहुत ज़्यादा की है, थोनों इन्हों की स्टोरी किदा दी लगी है कमेंट सैशन में कमेंट करके जरूर दस दौ, तो इदा के अपडेट्स लिए साढ़े नाल बने रहो तो देखते रहो द सिटी हेडलाइन, मैं नेहा मलिक कैमरा परसन प्रिंस कुमार नाल।